Iya, orang situ tuh udah. Berarti ini dia udah apa ini cuci dia aja nih. Ah, nih tuh fresh baru show apa na? Allah khair kare. Ini cara apa ini? Kudi bini ini tiar kono jinat tuh leher aja. Oh, 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 ini kan dia mau leher. Nono, 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 मैं जब साल डेढ़ पहले यूट्यूब चैनल स्टार्ट किया था ना तब भी बड़े कुत्ते मिले होंगे थे अपनी जात के ऊपर बर्दाश्त है यारों दोस्तों में बर्दाश्त है जो माँ जो बहन आई ही नहीं टिकटॉक पे बैठ के कोई सैयद जात उसको भी पुलेगा ना तो बड़ा दुख होता है मैं बड़ा डिसहार्ट हुआ था माँ दुनिया से कोई नहीं आती भाई मुंह ते पूछ मेरी माँ वही तरह लोग गाला कर दे पूछ ले गाना तो यहाँ जो लोग आते हैं ठीक है चौधरी ऐसे दुनिया है ठीक ठाक हो बाबा भी सुनाओ ठीक ठाक इस बंदे ने टिकटॉक को खैर बात कह देता है खैर बात क्यों किया कि मैं गाना पीनी है सारे बंदे मोबाइल थले सुटो ताड़िया मारो वाह क्या बात है चौधरी मेरी गल सुन टिकटॉक है ये समंदर है इतने चंगे लोग भी ने इतने भैड़े भी ने इतने रिस्पैक्ट करने वाले लोग भी ने ਇੱਥੇ ਹਰ ਕਿਸਮ ਦਾ ਬੰਦਾ ਹੈ ਹਾਂਜੀ ਠੀਕ ਹੈ ਜਿੰਨਾ ਪਿਆਰ ਤੂੰ ਆਪਣੀ ਫੈਮਿਲੀ ਨੂੰ ਕਰਨਾ ਓਨਾ ਹੀ ਹਰ ਬੰਦਾ ਆਪਣੀ ਫੈਮਿਲੀ ਨੂੰ ਲਵ ਕਰਦਾ ਹੈ ਆਪਣੇ ਘਰਦਿਆਂ ਨੂੰ ਲਵ ਕਰਦਾ ਆਪਣੀ ਮਾਂ ਨੂੰ ਆਪਣੇ ਭਰਾਵਾਂ ਨੂੰ ਆਪਣੇ ਭੈਣਾਂ ਨੂੰ ਠੀਕ ਹੈ ਫੋਟੋ ਚੇਂਜ ਕਰ ਲੈਂਦੇ ਮਿਹਰਬਾਨੀ ਅੱਛਾ ਸਬਰ ਆ ਤੇ ਲਿਆਦਾ ਇਹ ਪਲੇਟਫਾਰਮ ਪਤਾ ਕੈਸਾ ਹੈ ਇੱਥੇ ਕੋਈ ਨਹੀਂ ਵੇਖਦਾ ਕੋਈ ਨਹੀਂ ਚਾਹੁੰਦਾ ਕਿ ਇੱਥੇ ਕੋਈ ਆ ਕੇ ਕੋਈ ਰੁਪਈਏ ਕਮਾਏ ਹੈ ਨਾ ਕਿਸੇ ਨੂੰ ਕੋਈ ਨਹੀਂ ਵੇਖ ਸਿਖਾਉਂਦਾ ਇੱਥੇ ਦਿਲ ਛੋਟਾ ਨਾ ਕਰ ਠੀਕ ਹੈ ਤੂੰ ਆਪਣੀ ਲਾਈਫ ਸ਼ੇਵ ਕਰਿਆ ਕਰ ਆਪਣਾ ਇੰਜੋਏ ਮਾਰਿਆ ਕਰ ਕੀ ਸਮਝਿਆ ਐਵੇਂ ਤੈਨੂੰ ਕਿਸੇ ਨੇ ਕੋਈ ਆਖਣਾ ਤੈਨੂੰ ਕਿਸੇ ਕੋਈ ਸਮਝਣਾ ਨਹੀਂ ਦੇਣਾ ਮੈਂ ਇਸੇ ਵਜ੍ਹਾ ਤੋਂ ਤੇਰੇ ਵਾਸਤੇ ਕੋਈ ਇਹ ਨਹੀਂ ਕਿਹਾ ਕਿ ਵੀਡੀਓ ਨਹੀਂ ਪਾਈ ਹੈ ਨਾ ਮਾੜਾ ਲੱਗਦਾ ਬੰਦਾ ਮੈਂ ਜੇ ਕਿਸੇ ਨੂੰ ਸਪੋਰਟ ਕਰਨੀ ਹੈ ਨਾ ਗੱਲ ਸੁਣ ਤੇ ਉਹਨੂੰ ਉਂਝ ਕਹਿ ਦੇਣਾ ਠੀਕ ਹੈ ਕਿ ਯਾਰ ਨਹੀਂ ਬਈ ਇਹ ਇੰਜ ਨਹੀਂ ਇੰਜ ਮੈਂ ਗੱਲ ਮੇਰੀ ਆਦਤ ਹੈ ਮੈਂ ਗੱਲ ਮੂੰਹ ਤੇ ਕਰਨਾ ਹੁੰਦਾ ਠੀਕ ਹੈ ਤੈਨੂੰ ਇਹਨਾਂ ਚੀਜ਼ਾਂ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਤੂੰ ਆਪਣਾ ਹੋਸਟਿੰਗ ਕਰ ਇੰਜੋਏ ਕਰ ਤੈਨੂੰ ਤੂੰ ਸੋਨੇ ਦਾ ਵੀ ਬਣ ਜਾਏਗਾ ਤੈਨੂੰ ਕਿਸੇ ਬੰਦੇ ਨੇ ਇਹ ਨਹੀਂ ਕਹਿਣਾ ਕਿ ਤੂੰ ਸਾਡੇ ਵਾਸਤੇ ਕੀ ਕੀਤਾ ਹੈ ਇਹ ਗੱਲ ਮੈਨੂੰ ਹੋ ਗਈ ਅਸੀਂ ਕਨਫਰਮ ਹੋ ਗਈ ਠੀਕ ਹੈ ਤੇ ਲਿਆਦਾ ਅੱਛੀ ਇੰਟਰਟੇਨਮੈਂਟ ਕਰੋ ਆਪਣਾ ਇੰਜੋਏ ਮਾਰੋ ਕਿਸੇ ਨੂੰ ਤੁਸੀਂ ਚੰਗੇ ਲੱਗਦੇ ਹੋ ਬੁਰੇ ਲੱਗਦੇ ਹੋ ਉਹ ਉਹਨਾਂ ਫੇਲ ਹੈ ਉਹ ਉਹਦੀ ਰੇ ਨੇ ਤੈਨੂੰ ਕਿਸ ਹਿਸਾਬ ਨਾਲ ਲੈਂਦਾ ਹੁਣ ਮੈਂ ਇੱਕ ਫੋਟੋ ਤੇ ਮੈਚ ਪੇ ਖੇਡਣਾ 20,000 ਬੰਦਾ ਮੂੰਹ ਨਾਲ ਆਖਣ ਹੁੰਦਾ ਸਾਹਮਣੇ ਕੋਈ ਟਿਲ ਵੀ ਲਾਇਆ ਤੇ ਨਹੀਂ ਹੁੰਦਾ ਠੀਕ ਹੈ ਆ ਜਿਹੜੇ ਇੱਥੋਂ ਦੇ ਪੈਂਚ ਜਿਹੜੇ ਕਿੰਗ ਨੇ ਉਹਨਾਂ ਨੂੰ ਚੈਲੇਂਜ ਹੈ ਮੇਰਾ ਯਾਰ ਚੌਧਰੀ ਫੋਟੋ ਲਾ ਕੇ 20,000 ਬੰਦਾ ਕਹਿ ਦੇਣ ਮੈਂ ਉਸਤਾਦ ਬਣ ਜਾਂਦਾ ਉਹਨਾਂ ਨੂੰ ਜਾਓ ਠੀਕ ਹੈ ਔਰ ਕੰਟੀਨਿਊ ਐਵਰੀ ਟਾਈਮ ਕੰਟੀਨਿਊ ਬਾਣ ਚੌਧਰੀ ਰੋਜ਼ ਮੈਂ ਉਸਤਾਦ ਬਣ ਜਾਂਦਾ ਮੈਂ ਕਹਾਂਗਾ ਮੇਰੇ ਉਸਤਾਦ ਹੋ ਤੁਸੀਂ ਯਾਰ ਠੀਕ ਹੈ ਇਹ ਇੱਜ਼ਤ ਜ਼ਿਲਤ ਰੱਬ ਦੇਣੀ ਹੈ ਤੇ ਇਹਨਾਂ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕਈ ਸਾਰੇ ਲੋਕ ਮੇਰੇ ਖਿਲਾਫ ਨੇ ਠੀਕ ਹੈ ਕਿ ਇਹ ਬੜਾ ਅੱਛਾ ਨਹੀਂ ਕੰਮ ਕਰਦਾ ਮੇਰੇ ਖਿਲਾਫ ਵੀ ਨੇ ਤੇ ਮੈਨੂੰ ਵੇਖਦੇ ਵੀ ਨੇ ਤੈਨੂੰ ਸਮਝਾਉਣ ਦਾ ਮਕਸਦ ਇਹ ਵੇ ਇਹ ਦੁਨੀਆ ਹੈ ਇਹਨੂੰ ਦੋਹਾਂ ਪਾਸੇ ਜਾਂਦੇ ਨੇ ਅੱਗੇ ਦੁਸ਼ਮਣੀ ਭਾਈ ਕਿਹੜੇ ਨਾਲ ਰਹਿਣ ਦੇ ਨਾਲ ਪਤਲੂ ਦਾ ਯਾਰ ਹੈ ਬਦੋ ਬਦੀ ਦੁਸ਼ਮਣੀ ਮੈਂ ਕਹਿੰਦਾ ਬਣੀ ਕਬਰ ਤੱਕ ਰਹੋ ਵੇਖ ਇਹ ਚੀਜ਼ਾਂ ਨੇ ਫਲਾਣੇ ਨੇ ਇਹ ਬੋਲਦੀ ਹੈ ਫਲਾਣੇ ਨੇ ਉਹ ਬੋਲਦੀ ਹੈ ਮੈਂ ਬਹੁਤ ਕੀਆ ਇਹ ਚੀਜ਼ਾਂ ਬਹੁਤ ਕੀ ਹੈ ਠੀਕ ਹੈ ਔਰ ਹਮੇਸ਼ਾ ਅੱਛੇ ਟਾਈਮ ਜੋ ਅੱਛਾ ਟਾਈਮ ਹੋਤਾ ਨਾ ਤਬ ਕਿਸੀ ਕਾ ਸਾਥ ਨਹੀਂ ਦੇਣਾ ਚਾਹੀਏ ਠੀਕ ਹੈ ਤਬ ਸਭ ਸਾਥ ਦੇਤੇ ਹੈ ਠੀਕ ਹੈ ਮਾੜੇ ਟਾਈਮ ਮੈਂ ਕਿਸੀ ਕੇ ਸਾਥ ਖੜਾ ਹੋ ਉਹ ਬਾਤ ਹੋਤੀ ਹੈ ਪਲੇਅਰ ਕੀ ਔਰ ਮਰਦ ਕੀ ਨਿਸ਼ਾਨੀ ਹੋਤੀ ਹੈ ਜੋ ਆਪ ਦੇਖੋ ਮੈਂ ਚੀਜ਼ੋ ਸੇ ਗੁਜ਼ਰਾ ਹੂੰ ਠੀਕ ਹੈ ਅੱਜ ਤੈਨੂੰ ਕੋਈ ਆਖੇ ਤੂੰ ਗਿਆ ਨਾ ਜਿਹੜੇ ਤੇਰੇ ਕੋਲ ਖਾਰ ਖਾਂਦੇ ਨਾ ਉਹਨਾਂ ਕਹਿਣਾ ਚੱਲ ਚੰਗਾ ਹੋਇਆ ਗਿਆ ਭੈਣ ਦੇ ਸਿਰ ਨਾ ਆਵੇ ਵਾਪਸ ਨਾ ਕਿਸੇ ਹੋਸਟ ਨੇ ਵੀ ਕਿਉਂ ਕਿਉਂਕਿ ਜਦੋਂ ਮੇਰਾ ਯਕੀਨ ਰੱਬ ਤੇ ਜਦੋਂ ਰੱਬ ਦਾ ਖਜ਼ਾਨਾ
ਖਜ਼ਾਨਾ ਫੁੱਲ ਹੈ ਕੰਨਾ ਤਾਈ ਹੈ ਉਹਦੇ ਖਜ਼ਾਨੇ 'ਚ ਕਮੀ ਨਹੀਂ ਆਉਣੀ ਤੁਹਾਨੂੰ ਇੱਕ ਕਤਰਾ ਵੀ ਲੱਭ ਜਿੱਤ ਵਾਧੂ ਹੈ ਠੀਕ ਹੈ ਜਦੋਂ ਤੈਨੂੰ ਦੇਣ ਵਾਲਾ ਵੀ ਉਹੀ ਮਾਲਕ ਹੈ ਤੇ ਮੈਨੂੰ ਦੇਣ ਵਾਲਾ ਵੀ ਉਹੀ ਮਾਲਕ ਹੈ ਮੁੜ ਸੜਨਾ ਕਿਉਂ ਇੱਕ ਦੂਜੇ ਕੋਲੋਂ ਯਾਰ ਬਸ ਇਹ ਚੀਜ਼ ਖਤਮ ਹੋ ਜਾਊਗੀ ਹਾਂ ਮੇਰਾ ਤੇ ਇਹੀ ਦੇ ਨਹੀਂ ਭਾਵੇਂ ਇੱਥੇ ਉਸਤਾਦ ਜੀ ਲੱਖਾਂ ਕਰੋੜਾਂ ਬੰਦੇ ਕਮਾਉਂਦੇ ਰਹਿਣ ਇੱਥੇ ਆ ਕੇ ਰੁਪਈਏ ਗੋਰੇ ਕਮਾਉਂਦੇ ਨੀ ਅਰਬੀ ਕਮਾਉਂਦੇ ਨੀ ਕਿਸੇ ਕਿਸੇ ਬੰਦੇ ਕਦੇ ਸਾੜ ਮਾਰਿਆ ਉਹਨਾਂ ਦਾ ਪਾਕਿਸਤਾਨੀਆਂ ਦਾ ਵੀ ਰੱਬ ਹੋਈ ਏ ਤੇ ਦੂਜੇ ਮੁਲਕਾਂ ਦਾ ਵੀ ਰੱਬ ਹੋਈ ਏ ਰੱਬ ਵਾਹਦਾ ਉਲਾ ਸ਼ਰੀਕ ਠੀਕ ਹੈ ਸਭ ਦਾ ਮਾਲਕ ਹੋਈ ਏ ਕਦੀ ਵੀ ਜੇ ਤੈਨੂੰ ਕੋ ਚਾਰਾਂ ਨੇ ਵੱਧ ਮਿਲ ਗਏ ਨਾ ਤੇ ਇਹ ਦੁਆ ਕਰਨੀ ਰੱਬ ਸੋਹਣੇ ਇਹਨੇ ਸਦਕੇ ਮੈਨੂੰ ਦੇ ਦੇ ਠੀਕ ਹੈ ਇਹ ਨੀ ਅੰਬੀ ਇਹਦੀ ਲੱਤਾਂ ਵਾਢ ਕੇ ਮੈਂ ਲੈ ਲਵਾਂ ਕਦੀ ਵੀ ਨੀ ਲੱਭਣਾ ਉਸਤਾਦ ਜੀ ਭਾਵੇਂ ਮਰਦੀ ਕਰਦੇ ਰਹੋ ਠੀਕ ਹੈ ਹਾਂ ਮੇਰੀ ਤੈਨੂੰ ਇਹ ਹੀ ਭਰਾਵਾ ਮੈਂ ਐਵੇਂ ਹੋਸਟ ਐਵੇਂ ਕੁਲੀਗ ਠੀਕ ਹੈ ਅਸੀਂ ਮੈਂ ਨਾਲ ਇੱਥੇ ਜਿਹੜੇ ਵੀ ਕੰਮ ਕਰਦੇ ਨੇ ਮੇਰਾ ਹਰ ਬੰਦੇ ਦਾ ਫੱਡਾ ਸਿਰਫ ਲਾਈਵ ਦੀ ਹੱਦ ਤੱਕ ਹੁੰਦਾ ਹੈ ਠੀਕ ਹੈ ਨਾ ਤਾਂ ਕੋਈ ਬਦਮਾਸ਼ ਆ ਨਾ ਕੋਈ ਗੈਂਗਸਟਰ ਆ ਨਾ ਕੋਈ ਗੱਲ ਨਾ ਕੋਈ ਬਾਤ ਮੇਰਾ ਜੋ ਵੀ ਫੱਡਾ ਇੱਥੇ ਲਾਈਵ ਤੱਕ ਹੁੰਦਾ ਲਿਆਦਾ ਮੇਰੀ ਜਾਨ ਮੈਂ ਤਾਂ ਤੈਨੂੰ ਇਹੀ ਆਖਾਂਗਾ ਕਿ ਕਿਸੇ ਦੇ ਕਹਿਣ 'ਤੇ ਆਪਣਾ ਲੈਵਲ ਨਹੀਂ ਸ਼ੋਅ ਕਰੀਦਾ ਠੀਕ ਹੈ ਸਮਝ ਆ ਗਈ ਹੈ ਨੰਬਰ ਦੋ ਤੈਨੂੰ ਮੇਰੀ ਇੱਕ ਆਦਤ ਹੈ ਮੈਂ ਟਿਕਟਾਂ ਦੇ ਉੱਤੇ ਨਾ ਟਿਕਟਾਂ ਤੋਂ ਮੈਂ ਕਿਹਾ ਸੀ ਮੈਂ ਚੱਲਾਂ ਮੈਂ ਟਿਕਟਾਂ ਦੇ ਉੱਤੇ ਪੂਰਾ ਮਹੀਨਾ ਕਿਸੇ ਗੈਸਟ 'ਤੇ ਵੀ ਨਹੀਂ ਆਇਆ ਮੇਰਾ ਇੱਕ ਲੈਵਲ ਹੈ ਉਸਤਾਦ ਜੀ ਠੀਕ ਹੈ ਮੈਂ ਹੈਲੋ ਦੀ ਆਵਾਜ਼ ਨਹੀਂ ਸੁਣਾਈ ਕਿਸੇ ਬੰਦੇ ਨੂੰ ਟਿਕ ਟਾਕ 'ਤੇ ਮੈਂ ਆਇਆ ਮੈਂ ਕਿਸੇ ਨੂੰ ਸਾਰਿਆਂ ਨੂੰ ਦੱਸ ਕੇ ਆਇਆ ਵੀ ਮੈਂ ਆਊਂਗਾ ਸਮਝ ਆ ਗਈ ਹੈ ਹਰ ਬੰਦੇ ਦਾ ਇੱਕ ਸਟੈਂਡਰਡ ਹੁੰਦਾ ਹਰ ਬੰਦੇ ਦਾ ਇੱਕ ਆਪਣਾ ਜਦੋਂ ਤੁਸੀਂ ਆਪਣੀ ਨਜ਼ਰਾਂ 'ਚ ਆਪਣਾ ਲੈਵਲ ਨਹੀਂ ਬਣਾਉਣਾ ਨਾ ਕਿਸੇ ਬੰਦੇ ਤੁਹਾਡਾ ਲੈਵਲ ਸਮਝ ਲੈਣਾ ਸਮਝ ਗਿਆ ਅਤੇ ਲਿਆਦਾ ਇਹਨਾਂ ਚੀਜ਼ਾਂ ਨੂੰ ਗੌਰ ਰੱਖ ਠੀਕ ਹੈ ਤੂੰ ਅਗਰ ਦੋ ਚਾਰ ਦਿਨ ਬ੍ਰੇਕ ਲੈਣਾ ਚਾਹੁੰਦਾ ਬ੍ਰੇਕ ਲੈਣ ਦਾ ਕੋਈ ਰੌਲਾ ਨਹੀਂ ਠੀਕ ਹੈ ਉਸ ਤੋਂ ਬਾਅਦ ਤੂੰ ਵਾਪਸ ਆ ਟਿਕਟਾਕ 'ਤੇ ਆਪਣੇ ਲਾਈਵ ਇੰਜੋਏ ਕਰ ਚਿੱਲ ਕਰ ਬਾਕੀ ਰਹੀ ਗੱਲ ਜਿਹੜਾ ਤੇਰਾ ਇੱਕ ਮਸਲਾ ਤੂੰ ਬਣਿਆ ਤੂੰ ਮੈਂ ਉਹ ਤੇਰੀਆਂ ਵੀਡੀਓ ਵੀ ਵੇਖੀਆਂ ਦੋ ਦਿਨ ਤੂੰ ਟਿਕਟਾਕ 'ਤੇ ਵੇਖ ਪੈਸੇ ਕਮਾਉਣਾ ਹੈ ਉਹਦਾ ਕੀ ਕਰਨਾ ਲੋਕਾਂ ਨੂੰ ਵੰਡਣਾ ਵੇਖ ਇਹ ਗੱਲ ਸੁਣਨਾ ਮੇਰੀ ਇੱਕ ਗੱਲ ਯਾਦ ਰੱਖ ਜੇ ਉਹ ਤੇਰਾ ਤੇਰੇ ਰੱਬ ਦਾ ਮਸਲਾ ਹੈ ਤੂੰ ਲੱਖ ਰੁਪਈਆ ਕਮਾਉਣਾ 50,000 ਦੇਣਾ ਜਾਂ ਲੱਖ ਦੇਣਾ ਉਹ ਤੇਰਾ ਅਤੇ ਤੇਰੇ ਰੱਬ ਦਾ ਮਸਲਾ ਹੈ ਉਹਦੇ ਵਿੱਚ ਅਸੀਂ ਅਮਲ ਦਖਲ ਨਹੀਂ ਕਰ ਸਕਦੇ ਉਹਦੇ 'ਚ ਇੱਕ ਗੱਲ ਹੈ ਵੇਖ ਤੂੰ ਕੁੱਲ ਕਮਾਈ ਆਪਣੀ ਜ਼ਿੰਦਗੀ ਨਹੀਂ ਦੇ ਦੇਣੀ ਹੈ ਨਾ ਕਿਸੇ ਨੂੰ ਚੌਧਰੀ ਇਹ ਮੁਲਕ ਤੇਰੇ ਕੋਲ ਰਾਜ਼ੀ ਨਹੀਂ ਹੋਣਾ ਮੇਰੀ ਅੱਜ ਗੱਲ ਲਿਖ ਲੈ ਠੀਕ ਹੈ ਰੱਬ ਦੀ ਰਾਹ 'ਤੇ ਰੱਬ ਦੀ ਰਾਹ 'ਤੇ ਉਹ ਦੇ ਜਿਹੜਾ ਤੂੰ ਫੋਲਡ ਕਰ ਸਕਣਾ ਠੀਕ ਹੈ ਮਜਬੂਰ ਹੋ ਕੇ ਰੱਬ ਦੀ ਰਾਹ 'ਤੇ ਦੇਵਾਂ ਨੂੰ ਲੱਗਦਾ ਵੀ ਨਹੀਂ ਉਹ ਜਿਹੜੀ ਜਨਮਨ ਗੱਲ ਸੀ ਮੈਂ ਤਾਂ ਤੈਨੂੰ ਇੱਕ ਬੀਗਾ ਹੋਸਟ ਆਪਣਾ ਮਤਲਬ ਕਿ ਭਰਾ ਸਮਝ ਲੈ ਦੋਸਤ ਸਮਝ ਲੈ ਕੁਲੀਗ ਸਮਝ ਲੈ ਇੱਕ ਮਸ਼ਵਰਾ ਦਿਆਂਗਾ ਮੇਰੇ ਪਿੰਡ ਵਾਲੇ ਵੀ ਇਸ ਚੀਜ਼ ਨੂੰ ਡਿਨਾਈ ਨਹੀਂ ਕਰਨ ਦੇ ਕਦੀ ਵੀ ਪਿੰਡ ਵਾਲੇ ਉਹ ਰੱਬ ਦੀ ਰਾਹ 'ਤੇ ਵੀ ਦਿੱਤਾ ਉਹ ਹੀ ਲੱਗਦਾ ਹੈ ਜਿਹੜਾ ਬੰਦਾ ਆਪਣੀ ਖੁਸ਼ੀ ਨਾ ਦੇਵੇ ਜਿਹੜਾ ਨਾਰਾਜ਼ ਹੋ ਕੇ ਦੇਣਾ ਜਾਂ ਤੰਗੀ ਦਸਤੀ ਨਾ ਦੇਣਾ ਉਹ ਨਹੀਂ ਲੱਗਦਾ ਉਹ ਨਾ ਉਹ ਦੇਣਾ ਅਤੀ ਬਾਈ ਮੈਂ ਗੱਲ ਸੱਚੀ ਕਰ ਰਿਹਾ ਜਾਂ ਗਲਤ ਕਰ ਰਿਹਾ ਬਿਲਕੁਲ ਤੁਸੀਂ ਸਹੀ ਕਰ ਰਹੇ ਹਾਂ ਥੱਲੇ ਛੋਟੇ ਭਰਾ ਸੁਣਨ ਦਾ ਤੇ ਇਹ ਮੈਸੇਜ ਤੇਰੇ ਵਾਸਤੇ ਵੀ ਹੈ ਥੱਲੇ ਸਾਡੇ ਪਿੰਡ ਵਾਸਤੇ ਵੀ ਹੈ ਕਮਜ਼ੋਰੀ ਵੀਕਨੈਸ ਇਹ ਮੈਸੇਜ ਦੇ ਕੇ ਜਾਏਗਾ ਤੂੰ ਇੱਥੋਂ ਲੀਡਰ ਨੇ ਇੱਥੇ ਬਹਿ ਕੇ ਪ੍ਰੋਬਲਮਸ ਫੇਸ ਕੀਤੀਆਂ ਇੱਥੇ ਬਹਿ ਕੇ 555 ਬੰਦੇ ਨਹੀਂ 555,000 ਬੰਦਿਆਂ ਨੂੰ ਲੜਿਆ ਤੇ ਸਾਹਮਣੇ ਫੇਸ ਕੀਤਾ ਤੇ ਲੀਡਰ ਨੇ ਇੱਕ ਮੈਸੇਜ ਦਿੱਤਾ ਕਿ ਵੀ ਆਰ ਸਟਰੋਂਗ ਵੀ ਆਰ ਪਿੰਡ ਵੀ ਆਰ ਟੂਗੈਦਰ ਹਾਂਜੀ ਰਜਬ ਉਹ ਬੰਦਾ ਜਿਹਦਾ ਯੂਟਿਊਬ ਉੱਤੇ ਇੱਕ ਬਹੁਤ ਵੱਡਾ ਚੈਨਲ ਆ
ਜਿਹਨੂੰ ਜਿਹਦਾ ਇੱਕ ਫਰੇਮ ਆ ਉਹ ਚ ਕ੍ਰੀਏਟੀਵਿਟੀ ਆ ਐਟ ਦ ਐਂਡ ਉਹ ਇੱਕ ਚੈਨਲ ਉੱਤੇ ਇੰਨਾ ਵੀਕ ਮੈਸੇਜ ਦੇ ਕੇ ਨਹੀਂ ਜਾਣਾ ਚਾਹੀਦਾ ਹੈਗਾ ਕਿ ਮੈਂ ਕਮਜ਼ੋਰ ਆਦਮੀ ਸੀਗਾ ਆਪਣੇ ਵਿਊਅਰਸ ਨੂੰ ਕਿ ਮੈਂ ਚੈਨਲ ਕੋਈ ਛੱਡ ਰਿਹਾ ਹਾਂ ਬਹੁਤ ਵੱਡੀ ਸਪੋਰਟ ਆ ਜਿਹੜੀ ਬਹਿ ਕੇ ਇੱਕ ਬੀਇੰਗ ਅ ਫਰੈਂਡ ਬੀਇੰਗ ਅ ਬ੍ਰਦਰ ਲੀਡਰ ਨੇ ਗੱਲ ਕੀਤੀ ਆ ਕਿ ਵੀਰ ਤੇਰੇ ਨਾਲ ਖੜਾ ਵਾ ਉਹ ਕਿ ਤੂੰ ਇਹਨੂੰ ਛੱਡ ਕੇ ਨਾ ਜਾ ਆਪਣੇ ਵਿਊਅਰਸ ਨੂੰ ਜਿਹੜਾ ਮੈਸੇਜ ਤੂੰ ਇੱਥੇ ਦੇ ਕੇ ਜਾਏਗਾ ਤੇਰਾ ਮੈਸੇਜ ਬਹੁਤ ਵੱਡੀ ਵੀਕਨੈਸ ਆ ਜਿਹੜੀ ਤੇਰੀ ਦੂਜੀ ਆਡੀਅੰਸ ਨੂੰ ਵੀ ਜਾਏਗੀ ਜਿਹੜੀ ਕਿ ਤੇਰੀ ਯੂਟਿਊਬ ਦੀ ਆਡੀਅੰਸ ਆ ਕਿ ਰਜਬ ਵਾਜ਼ ਅ ਵੀਕ ਪਰਸਨ ਕਿ ਉਹ ਘਬਰਾ ਗਿਆ ਘਬਰਾ ਕੇ ਛੱਡ ਗਿਆ ਹਰ ਕਿਸਮ ਦੇ ਲੋਕ ਆ ਉਹਦੇ ਵਿੱਚ ਨੈਗੇਟਿਵ ਸੋਚਣ ਵਾਲੇ ਲੋਕ ਵੀ ਆ ਅਬਿਊਜ਼ਿੰਗ ਵੀ ਕਰਦੇ ਆ ਲੇਕਿਨ ਬਹੁਤ ਸਾਰੇ ਲੋਕ ਆ ਜਿਹੜੇ ਪਿਆਰ ਕਰਦੇ ਆ ਨਹੀਂ ਬਹੁਤ ਲੋਕ ਆ ਬਹੁਤ ਲੋਕ ਹੋਰ ਕੀ ਆ ਤਾਂ ਮੈਂ ਕੁਛ ਕਰ ਪਾਤਾ ਹੂੰ ਆਪਕੀ ਬਾਤ 100% ਠੀਕ ਹੈ ਪਤਾ ਵੀ ਸਾਡੀ ਇਸ ਪਿੰਡ ਦੀ ਪਹਿਚਾਣ ਕੀ ਆ ਕਿ ਲੀਡਰ ਨੇ ਮੈਸੇਜ ਦਿੱਤਾ ਇਸ ਟਿਕਟੋਕ ਉੱਤੇ ਆ ਕੇ ਕਿ ਮੈਂ ਕਮਜ਼ੋਰ ਆਦਮੀ ਨਹੀਂ ਗਾ ਮੇਰੇ ਨਾਲ ਜਿਹੜੇ ਲੋਕ ਖੜੇ ਆ ਕਮਜ਼ੋਰ ਨਹੀਂ ਹੈਗੇ ਉਹ ਛੋਟੇ ਭਰਾ ਵਾ ਉਹ ਆਪਣੇ ਮਲਟੀਪਲ ਕੰਮ ਕਰਦੇ ਆ ਲੇਕਿਨ ਵੀ ਆਰ ਐਜ ਅ ਕਮਿਊਨਿਟੀ ਸਟਰੋਂਗ ਸਟਰੋਂਗ ਹੀ ਪੈਂਦੇ ਆਪਣੇ ਮੈਸੇਜ ਦੇ ਕੇ ਜਾਣਾ ਵੀਰੇ ਲੀਡਰ ਬੜੀ ਵੱਡੀ ਗੱਲ ਕਹੀ ਹੈ ਕਿ ਤੇਰੇ ਨਾਲ ਬਿਲਕੁਲ ਸਹੀ ਕਿਹਾ ਤੁਸੀਂ ਆਤੀ ਬਾਈ ਗੱਲ ਕਹਿ ਸਕਦਾ ਸੀਗਾ ਲੀਡਰ ਅਗਰ ਥੋੜਾ ਜਿਹਾ ਵੀ ਆਪਣਾ ਬੈਨੀਫਿਟ ਸੋਚਦਾ ਤੇ ਕਹਿੰਦਾ ਕਿ ਰਜਬ ਵਰਗਾ ਬੰਦਾ ਇੱਥੋਂ ਨਿਕਲ ਕੇ ਤਾਂ ਮੇਰੀ ਫੇਮ ਜਿਹੜੀ ਆ ਉਹ 'ਚ ਫਰਕ ਸਾਰੇ ਲੀਡਰ ਸਾਰਿਆਂ ਦਾ ਮੇਰਾ ਤੇ ਭਰਾ ਹੈ ਨਾ ਮੈਂ ਤੇ ਨਾਲ ਦਾ ਹੀ ਖਾਧਾ ਉਹਦੇ ਮਨ 'ਚ ਪਤਾ ਵੇਖੋ ਆਤੀ ਬਾਈ ਮੇਰੀ ਇੱਕ ਆਦਤ ਹੈ ਵੇਖੋ ਮੈਂ ਦੱਸਣਾ ਨਾ ਜੀ ਮੇਰਾ ਇਮਾਨ ਹੈ ਇਸ ਚੀਜ਼ ਦੇ ਉੱਤੇ ਨਾ ਮੇਰਾ ਯਕੀਨ ਹੈ ਆਪਣੇ ਰੱਬ ਦੇ ਉੱਤੇ ਠੀਕ ਹੈ ਔਰ ਜਿਸ ਬੰਦੇ ਦਾ ਯਕੀਨ ਪੁਖਤਾ ਹੁੰਦਾ ਨਾ ਉਹਨੂੰ ਕਿਸੇ ਚੀਜ਼ ਦੀ ਨਾ ਘਾਟ ਹੁੰਦੀ ਨਾ ਉਹਨੂੰ ਕਿਸੇ ਚੀਜ਼ ਨਾਲ ਫਰਕ ਪੈਂਦਾ ਇਸ ਚੀਜ਼ ਨੂੰ ਠੀਕ ਹੈ ਜਦੋਂ ਮੈਂ ਆਇਆ ਜ਼ੀਰੋ ਸਾ ਨਾ ਠੀਕ ਹੈ ਤੇ ਮੈਂ ਅੱਜ ਵੀ ਆਪਣੇ ਆਪ ਨੂੰ ਜ਼ੀਰੋ ਸਮਝਦਾ ਮੇਰੇ ਕੋਲ ਸਾਰਾ ਕੁਝ ਇਹ ਰੱਬ ਦਾ ਦਿੱਤੇ ਹੈ ਕਿ ਅੱਜ ਬੰਦੇ ਮੇਰੇ ਕੋਲ ਨੇ ਤੇ ਇਹ ਕਿਸੇ ਵਜ੍ਹਾ ਤੋਂ ਨੇ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਹੈ ਠੀਕ ਹੈ ਸਮਝ ਆਈ ਰਜਬ ਦੇ ਬੰਦੇ ਮੇਰੇ ਕੋਲ ਪੱਕੇ ਪਰਮਾਨੈਂਟ ਨਹੀਂ ਬਹਿ ਸਕਦੇ ਠੀਕ ਹੈ ਹਰ ਬੰਦੇ ਦੀ ਇੱਕ ਲਾਈਕਿੰਗ ਡਿਸਲਾਈਕਿੰਗ ਹੁੰਦੀ ਹੈ ਸਿੱਧੂ ਦਾ ਫੈਨ ਕਰਨ ਔਜਲੇ ਨੂੰ ਲਾਈਕ ਨਹੀਂ ਕਰ ਸਕਦਾ ਉਹਦਾ ਗਾਣਾ ਜ਼ਰੂਰ ਸੁਣ ਲਏਗਾ ਇੱਕ ਦੋ ਠੀਕ ਹੈ ਜਿਹੜਾ ਸਿੱਧੂ ਦਾ ਫੈਨ ਹੈ ਉਹ ਸਿੱਧੂ ਦਾ ਹੀ ਹੈ ਚੌਧਰੀ ਇਹ ਗੇਮ ਹੈ ਇਹ ਇੱਕ ਹਰ ਬੰਦੇ ਦੀ ਇੱਕ ਆਪਣੀ ਕੈਟਾਗਰੀ ਹੈ ਮੇਰੀ ਜਾਨ ਤੇ ਲਿਆਦਾ ਇਹ ਰਾਤੀ ਮੈਨੇ ਤੈਨੂੰ ਜਿਹੜਾ ਮੈਸੇਜ ਦਿੱਤਾ ਨਾ ਅਸੀਂ ਇਹ ਅੱਜ ਤੱਕ ਕਿਸੇ ਹੋਸਟ ਨੂੰ ਬਾ ਕੇ ਦਿੱਤਾ ਵੀ ਨਹੀਂ ਇਹ ਰਿਕਾਰਡਿੰਗ ਹੈ ਰਿਕਾਰਡ ਹੈ ਮੇਰਾ 3 ਸਾਲਾਂ ਦਾ ਟਿਕਟਾਂ ਦੇ ਉੱਤੇ ਠੀਕ ਹੈ ਮੈਂ ਅੱਜ ਤੱਕ ਕਿਸੇ ਹੋਸਟ ਦੇ ਬਾਰੇ 'ਚ ਜਿਹਨੇ ਨੇ ਮੇਰੇ ਅੱਛੇ ਹੋਸਟ ਮੇਰੇ ਯਾਰ ਦੋਸਤ ਆਏ ਨੇ ਮੈਂ ਕਿਸੇ ਬੰਦੇ ਨੂੰ ਇਹ ਮੈਸੇਜ ਨਾ ਦਿੱਤਾ ਕਦੀ ਉਹ ਨਾ ਕਦੀ ਸਪੋਰਟ ਕੀਤੀ ਹੈ ਠੀਕ ਹੈ ਕਿਉਂਕਿ ਇਸ ਟਾਈਮ ਦੇ ਉੱਤੇ ਲੋਕ ਇਹੀ ਸੋਚਦੇ ਨੇ ਵੀ ਠੀਕ ਹੈ ਜਿਹੜਾ ਅੱਗੂ ਕੱਟ ਰਿਹਾ ਜਾਵੇ ਕਿੰਨੇ ਗਿਫਟਰ ਵਿੱਚ ਮੈਨੂੰ ਮਾਰਨਗੇ ਨਾ ਠੀਕ ਹੈ ਲੇਕਿਨ ਉਹ ਉਸਤਾਦ ਜੀ ਉਹਨੇ ਗਿਫਟਰਾਂ ਤੇ ਯਕੀਨ ਰੱਖ ਲੈਂਦਾ ਰੱਬ ਤੇ ਯਕੀਨ ਤਾਂ ਨਾ ਹੋਇਆ ਫਿਰ ਉਹਨੂੰ ਆਖਰੀ ਗੱਲ ਸੁਣ ਆਤੀ ਬਾਈ ਦੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆਈ ਸੀ ਉਹਨਾਂ ਨੇ ਕਿਹਾ ਕਿ ਇਹ ਬੰਦਾ ਸਟਰੋਂਗ ਹੈ 40 ਆਈਡੀਆ ਮੈਨ ਹੋਣ ਤੋਂ ਬਾਵਜੂਦ ਉਸਤਾਦ ਜੀ ਮੈਂ ਇਹ ਗੱਲ ਆ ਨਾ ਆਪਣੀ ਆਵਾਮ ਨੂੰ ਮੈਂ ਪਹਾੜਾਂ ਨੂੰ ਸਿਰ ਦੇ ਨਾਲ ਪਲੇਰਾ ਠੀਕ ਹੈ ਤੇ ਮੇਰੇ ਬੰਦੇ ਜਦੋਂ ਮੇਰੇ ਤੁਹਾਨੂੰ ਸਪੋਰਟ ਕਰਦੇ ਆ ਨਾ ਲੀਡਰਾਂ ਤੇ ਸਟਰੋਂਗ ਆ ਤੁਹਾਡੇ ਸਾਥ ਹੈ ਭੈਣ ਦੀ ਸਿਰੀ ਟਿਕ ਟਾਕ ਦੀ ਠੀਕ ਹੈ ਤੇ ਬੰਦਾ ਕਹਿੰਦਾ ਜੀ ਭਾਵੇਂ 1,40,000 ਹੋਣਾ ਮੈਂ ਫਿਰ ਆਵਾਂਗਾ ਉਸਤਾਦ ਜੀ ਫਿਰ ਆਵਾਂਗਾ ਠੀਕ ਹੈ ਇੱਕ ਮਹੀਨਾ ਸਿਰਫ ਗਾਇਬ ਹੋਇਆ ਉਸਤਾਦ ਜੀ ਤੇ ਇੱਕ ਮਹੀਨਾ ਮੇਰਾ ਚੈਲੰਜ ਹੈ ਕਿਸੇ ਬੰਦੇ ਨੇ ਹੈਲਪ ਦੀ ਆਵਾਜ਼ ਵੀ ਮੇਰੀ ਸੁਣੀ ਹੈ ਨਾ ਟਿਕਟਾਕ ਦੇ ਉੱਤੇ ਉਸਤਾਦ ਜੀ 1 ਮਿਲੀਅਨ ਦਿਰਮ ਦਾ ਮੈਂ ਜੁਰਮਦਾਰ ਹਾਂ ਠੀਕ ਹੈ ਜਦੋਂ ਰਜਬ ਅਸੀਂ ਗਏ ਆ ਨਾ ਸਮਝ ਆਈ ਆ ਲਾਲਾ ਸਾਹਮਣੇ ਮੂੰਹ ਤੇ ਬੈਠਾ ਕਿਸੇ ਬੰਦੇ ਸਾਨੂੰ ਆ ਕੇ ਨਹੀਂ ਆਖਿਆ ਤੂੰ ਵਾਪਸ ਆ ਇਵੇਂ ਹੀ ਗੱਲ ਚੋ ਸਾਹਿਬ ਠੀਕ ਹੈ ਕਿਸੇ ਬੰਦੇ ਨੇ ਕਿਹਾ ਔਰ ਕੋਈ ਐਸਾ ਬੰਦਾ ਨਹੀਂ ਜਿਹਨੇ ਸਾਡੇ ਨਾਲ ਵੀਡੀਓ ਪਾਈ ਹੋਵੇ ਕਿ ਨਹੀਂ ਯਾਰ ਦੁੱਖ ਵਾ ਮੁਸਕੇ ਪਿੱਛੇ ਜਾਤੇ ਹਮ ਉਸਕੋ ਬੁਲਾ ਕੇ ਲੈ ਕੇ ਆਤੇ ਹਮਾਰਾ ਕਮਿਊਨਿਟੀ ਕਾ ਬੰਦਾ ਯਾਰ ਹਮਾਰਾ ਕੁਲੀਗ ਹੈ ਹਮਾਰਾ ਦੋਸਤ ਹੈ ਹਾਂ ਮੈਨੂੰ ਪਤਾ ਹੈ ਠੀਕ ਹੈ ਇਹ ਚੀਜ਼ਾਂ ਨੇ ਸਮਝ ਆਈਏ ਲੇਕਿਨ ਇਹ ਜਿਸ ਬੰਦੇ ਕੋ ਆਵਾਮ
अपना दोस्त यार या अपने पिंड का लीडर समझती है ना, उसका यही हक बनता है वो हर बंदे को सपोर्ट करे। ठीक है, मैं यही चाहता हूँ भाई, इधर मजा आना चाहिए, लोग अच्छे मैच देखे। मेरा मैच अच्छा नहीं हुआ, तुम्हारा देख लिया, तुम्हारा नहीं अच्छा हुआ, कोडू का देख लिया, सनी का देख लिया, ये मेला लगा रहना चाहिए। ठीक है, एंजॉय करना चाहिए। ठीक है, जो माँ जो बहन आई ही नहीं टिकटॉक पे बैठ के कोई सैयद जात उसको भी बोलेगा ना तो बड़ा दुख होता है। बड़ा डिसहार्ट हुआ था, माँ दुनिया से कोई नहीं आती भाई, मुंह ते पूछ मेरी माँ नु तरह लोग गाला कर दे, पूछ ला गाना चाहो जो लोग। ठीक है चौधरी, इतनी दुनिया है बॉस। आती भाई इस बंदे ने एक गल दस रही तुसी, इस मेरी गल तो बाद है वो बंदा तेरे सामने बैठा है, इन्हू 20,000 बंदा सुन दिया पाया, तो 50,000 बंदा बैठे असं मेरी लाइव के उ पूरी टिक टाक को माफी मंगी थी। हालांकि मेरे को हर चीज की पावर सी, पैसे भी आ सन, तलक भी आ सी, बंदे नु एक बारी आंदा हर बंदे नु टंगना सी, लेकिन क्यों हाथ बन्ने इस वजह तो चुके हुए दरख्त नु ही फल लगता है। और उन्हें बंदे जिन्हें मैंने गाला कड़िया सन उन्हें ही वीडियो पाई है, साढ़े को गलत हो गया यार, असी गलत बंदे नु गाला कड़िया। अज दिन तक मेरी सपोर्ट च ने। ठीक है, समझ आ गई। लिहाजा कुछ ऐसिया चीजा होंगे ने जरिया बंदा वक्त दे हिसाब ना सीख रहा है। मैं आखिरी गल तुम एक गल कहांगा, तेरे को बहुत बड़ी एग्जाम्पल नहीं बैठी है कि देखना लीडर इस टाइम अपना सिर्फ एक पिक्चर ला के लाइव आ रहा, सारे व्यूअर जो प्यार करते हैं, जो सारे छोटे भरा सा प्यार करते लीडर के नाल, वो देख उस तरह होंगे प्यार। हाँ। इंसान की इंसानियत ना हों, वो यारी ना हों, वह तलक ना हों, अच्छा इंसान बी ए गुड परसन, बी ए स्ट्रोंग परसन लीडर। अगर तेन एक गल कह रहा वा कि हाँ तू नहीं छड़ना तो तू नहीं छड़, ऑनेस्टली स्पीकिंग वी आर विद यू, पिंड तेरे नाल। लेकिन मैं एक गल होर भी कहांगा इतने, एक गल रजब याद रखी कि यकीन कर फेम जी होंगी ना थोड़े टाइम वास्ते होंगी, लेकिन लंबे टाइम वास्ते पता कि मिलती है। ये एग्जाम्पल अपने को लीडर ही, एग्जाम्पल है जब तू बहुत अच्छा इंसान है, बी एज पॉजिटिव वी आर, जिन्हें आप पॉजिटिव हो सकते हैं आप लोगों के नाल अच्छी इज्जत दे सकते हैं, तो लोगों अपना उत्तर नैगेटिविटी अगर फैलाते ना उन्होंने कहो मोर वेलकम आ जाओ, कोई गल नहीं भाई छोटे, तो पॉजिटिव होकर चल, बिल्कुल नहीं जाना हैगा, इतने स्ट्रोंग होकर रुक जी, इंजॉय कर और अपनी वीडियो के नाल आके इस प्लेटफॉर्म नू अपना जरा ना एक पॉजिटिविटी और अच्छा मैसेज दे के जाओ, इन्हों छड़ के ना जाओ, छोटे जो वीर उन्होंने पॉजिटिविटी उन्होंने स्ट्रेंथ दे के जाओ, उन्होंने समझाओ कि हाँ भी वी आर टूगैदर, आप अच्छा ही करा, अच्छे तो मरा दे इंटरटेनमेंट प्लस अच्छे पॉजिटिव मैसेज, सिंपल। थैंक यू सो मच अक्षय भाई, थैंक यू सो मच, आपके टाइम का शुक्रिया। ये गेम बॉस उन्हें आख्या नेम है तो गेम है। ठीक है, समझ गया, इतने एक बधाने की जरूरत नहीं है, इतने ताजी निजाम चलते ने लोगों के, लोग कह के बट तू गया ना मेरी गल सुन, इतने घोर आ जाना भाऊ। ठीक है, समझ गया, सुन मेरी गल सुन, दो दिन टक्की है वो नस गया। ठीक है, कोई पिछू होता जाएगा, इतने चलता ही है वो सिस्टम है। वेख मैं दसदा पता की गेम है, वेख भरा है तू, असी नहीं आते कि यार सारी जिंदगी साडा ना चलना है ना, समझ गया ना, सारी जिंदगी रब दा ही है, रब ने लिखा है यार ते बिगड़ी है ना, ना सारी जिंदगी रब दा ही आ। ठीक है, ते साडे जे साडा ना रब ही चलाई जांदा ही पिया, ते देख ऐ तेनु आखिरी गल करके ते उस तो बाद मैं टॉपिक जरा ना क्लोज कर देना। सुन, बड़ा बड़ा टिकटॉकर है, बड़ा बड़ा यूट्यूबर है, ठीक है, रब इज्जत देंदा हर बंदे नू। ठीक है, यही आवाम जिहड़ी है ना तुहानू रिस्पैक्ट देंदी, इज्जत देंदी है। ठीक है, जिंदगी दे विच एक काम तुहाडे कोल ऐसा गलत हो जाता है, तुसी जलील हो जाते हो, दुनिया के सामने मुंह खान जोगे रहते हैं। ठीक, हमेशा उस काम तो बचना है बस, कभी भी, हाँ कभी भी यहोजा काम नहीं करना, कोई टिल भी प्या लावे। ठीक है,
ਹਾਲਾਂਕਿ ਮੈਨੂੰ ਪਤਾ ਇਹਨਾਂ ਚੀਜ਼ਾਂ ਦਾ, ਉਹ ਹੀ ਚੀਜ਼ਾਂ ਬੰਦੇ ਨੂੰ ਗਿਰਾ ਸਕਦੀਆਂ ਨੇ, ਵਰਨਾ ਤੁਹਾਨੂੰ ਤੁਹਾਡੀ ਸਟਰੈਂਥ ਜਿਹੜੀ ਹੈ ਨਾ, ਤੁਹਾਡੀ ਜਿਹੜੀ ਸਿਸਟਮ ਹੈ ਉਹ ਤੁਹਾਨੂੰ ਸੁੱਟ ਨਹੀਂ ਸਕਦਾ, ਤੁਹਾਨੂੰ ਜਿੰਨਾ ਚਿਰ ਰੱਬ ਨਹੀਂ ਸੱਟਣਾ। ਇਹ ਚੀਜ਼ਾਂ ਬੰਦੇ ਨੂੰ ਡਿਸਾਈਡ ਕਰਦੀਆਂ ਨੇ ਜਿਹੜੀ ਚੀਜ਼ ਤੁਹਾਨੂੰ ਮੈਂ ਦੱਸੀ, ਬੰਦਾ ਫਿਰ ਹਾਂ ਬੰਦਾ ਫਿਰ ਸਾਹਮਣੇ ਮੂੰਹ ਖਾਣ ਜੋਗਾ ਨਹੀਂ ਰਹਿੰਦਾ। ਇਹਨਾਂ ਚੀਜ਼ਾਂ ਤੋਂ ਬਸ ਪਰਹੇਜ਼ ਕਰਨਾ, ਬਾਕੀ ਕੋਈ ਰੋਲਾ ਨਹੀਂ, ਦਿਲ ਵੱਡਾ ਕਰਕੇ ਖੇਡ ਮੈਦਾਨ ਬੜਾ ਵੱਡਾ, ਠੀਕ ਹੈ। ਇੱਥੇ ਦੁਨੀਆ ਆਈ ਗਈ ਚੌਧਰੀ, ਇੱਥੇ ਨਿਦਾਮ ਚੱਲਦੇ ਨੇ। ਇਹ ਵੇਖ ਨਾ ਮੈਂ ਜਿਹੜੇ ਬੰਦੇ ਨੂੰ ਕਾਲ 'ਤੇ ਲਿਆ, ਅੱਗੋ ਦੋ ਲਫ਼ਜ਼ ਇਹ ਵੀ ਬੋਲੇਗਾ ਤੇਰੇ ਵਾਸਤੇ। ਦਿਲ ਤੇ ਲੈਣ ਲੱਗ ਗਿਆ, ਫਿਰ ਤੇ ਕਰਨੀ ਇੱਥੇ ਬਹਿ ਕੇ ਨਹੀਂ। ਮੌਸਟਰ ਬਾਈ ਆਪਣੇ ਆਪ ਲਿਖਿਆ ਹੀ ਨਹੀਂ, ਜਿਹੜੇ ਬਕਵਾਸ ਜਿਹੜੇ ਲੋਕ ਨਾਲ ਬੈਠੇ ਹੋਣ ਉਹ ਹੀ ਤੁਹਾਡੀਆਂ ਮਾਂ ਭੈਣਾਂ ਦੀ ਗੱਲ ਕਰਨ, ਕਿਉਂ ਕਿ ਤੁਸੀਂ ਉਹਨਾਂ ਨੂੰ 5 ਦਿਨ ਲਾਈਵ 'ਚ ਚੁੱਕਿਆ ਨਹੀਂ, ਉਹਨਾਂ ਨੂੰ ਸਪੋਰਟ ਨਹੀਂ ਕੀਤਾ, ਤੁਹਾਨੂੰ ਗੱਲਾਂ ਕਰਨ ਆਪਣਾ ਦੁੱਖ ਹੁੰਦਾ ਪਿਆ। ਸਪੋਰਟ ਕਰਨ ਤੇ ਕੋਈ ਨਹੀਂ ਆਏ ਨਾ, ਹਾਂ ਇਹਦੀ ਗੱਲ ਹੈ ਨਾ, ਜਿਹੜੇ ਫੇਮ ਪਿੱਛੇ ਨਾਰਾਜ਼ ਹੋ ਜਾਣ ਫਿਰ ਲਾਣਾ ਤੇ ਉਹਨਾਂ ਤੇ, ਫਿਰ ਤੇ ਯਾਰ ਹੀ ਕੋਈ ਸੋਲ ਨਹੀਂ। ਉਹਦੇ ਪਈ ਖੜੀ ਲਾਣਾ ਤੁਹਾਨੂੰ ਜੀ, ਬਾਕੀ ਤਾਂ ਚੱਲਦੀ ਜੀ ਬਾਈ ਜੀ, ਯਾਰ ਇਹ ਇੰਜੋਏ ਕਰੋ ਬਸ ਜੀ ਬਾਈ, ਇਨਸ਼ਾ ਅੱਲਾ। ਇਹ ਹੁਣ ਮੇਰੀ ਯਾਰ ਨੇ ਕਹਿਤਾ ਤੇ ਵਾਪਸ ਆਣਾ ਹੀ, ਮਾੜਾ ਲੱਗਦਾ ਚੌਧਰੀ ਵੇਰ, ਅੱਛਾ ਨੀ ਲੱਗਦਾ ਚੀਜ਼ਾਂ ਚੌਧਰੀ ਵੇਰ ਗੱਲ ਸੁਣ, ਓਕੇ ਕਰ ਮੇਰੀ ਗੱਲ ਸੁਣ। ਮੈਂ ਇਹ ਚੀਜ਼ਾਂ ਮੈਂ ਸਮਝਣਾ ਯਾਰ, ਨਹੀਂ ਮਾੜਾ ਨਹੀਂ ਵੇਖ ਚੌਧਰੀ, ਮਾੜਾ ਲੱਗਦਾ ਯਾਰ ਹਨਾ, ਕਿਸੇ ਦਾ ਰਿਜ਼ਕ ਨੀ ਬੰਦ ਹੋਣਾ ਚਾਹੀਦਾ, ਠੀਕ ਹੈ। ਜੋ ਮਰਜ਼ੀ ਹੈ ਚੌਧਰੀ, ਮੈਂ ਮੇਰਾ ਕੰਮ ਹੈ, ਮੇਰਾ ਕੰਮ ਹੈ ਯਾਰ ਚੌਧਰੀ, ਜਿਹੜਾ ਕੋਈ ਬੰਦਾ ਉਹਨੂੰ ਸਪੋਰਟ ਕਰਾਂ ਬਸ, ਹੈ ਨਾ, ਸਪੋਰਟ ਕਰਨਾ ਬਸ, ਹਾਂ ਬਸ ਠੀਕ ਹੈ। ਕੋਈ ਨਹੀਂ, ਅੱਗੋਂ ਅਗਲੀ ਰਿਜ਼ਕ ਉਹਨੇ ਆਪਣੀ ਮਰਜ਼ੀ ਦਾ ਔਰ ਆਪਣੇ ਕਿਸਮਤ ਦਾ ਕਮਾਉਣਾ ਜੀ। ਕਾਲਾ ਜੀ ਘਰਾਂ ਸੋਹਣਿਆ ਤੁਸੀਂ ਸਾਰਿਆਂ ਨੂੰ, ਮੁਹੱਬਤ ਹੋਈ ਸੀ, ਜਾਗਿਆ ਕਿ ਕੋਈ ਨਹੀਂ? ਟਿਕਟਾ ਛੱਡ ਕੇ ਜਾ ਰਿਹਾ ਸੀ, ਬੋਗ ਰਿਹਾ ਸੀ ਇੱਥੋਂ। ਤੇਰੇ ਨਾਲ ਤੂੰ ਕੱਲਾ ਹੀ ਹੈ ਯਾਰ ਦੋਸਤੀ ਹੋਣ ਤੁਹਾਡੇ ਨਾਲ ਨਾਰਮਲ ਸ਼ਖਸ ਸੀ, ਉਹ ਵੀ ਇਹਨਾਂ ਨੂੰ 2 ਸਾਲ ਸਿਰ ਦੇ ਜੇ, ਤੂੰ ਤੇ 2 ਮਹੀਨੇ ਬਸ ਯਕੀਨ ਮੰਨ ਚੌਧਰੀ, ਨਾਰਮਲ ਬੰਦੇ ਨੂੰ ਲਾਈਵ ਹੋਣ ਕਰਾ, ਉਹ ਇਹਨਾਂ ਨੂੰ 2 ਸਾਲ ਸਿਰ ਦੇ ਜੇਗਾ ਇਕੱਲਾ ਹੀ, ਠੀਕ ਹੈ। ਪੜ੍ਹੀ ਲਿਖੀ ਉਹ ਅੱਜ ਤੋਂ ਤਕਰੀਬਨ 2.5 ਸਾਲ ਪਹਿਲੇ ਨਾ ਟਿਕਟਾਕ ਨੂੰ ਸ਼ਾਪਰ ਪਲੇਟਫਾਰਮ ਕਹਿੰਦੇ, ਠੀਕ ਹੈ, ਮਾੜਾ ਪਲੇਟਫਾਰਮ ਕਹਿੰਦੇ ਸੀ, ਦਗੜ ਦਗੜ ਪਲੇਟਫਾਰਮ ਕਹਿੰਦੇ ਸੀ, ਸਰਕਾਰ ਪਹਿਲੀ ਗੱਲ ਆ ਕਿ ਇੱਕ ਇੱਕ ਬੰਦੇ ਦੇ ਹੱਥ ਚ ਆਏ ਪਲੇਟਫਾਰਮ ਨਾ, ਠੀਕ ਹੈ, ਇੱਕ ਰੀਚ ਆ, ਠੀਕ ਹੈ, ਯੂਟਿਊਬ ਨੂੰ ਸਮਝਣ ਲਈ ਸੁਣਨ ਲਈ ਤੁਹਾਨੂੰ ਇੱਕ ਉੱਥੇ ਦੀ ਇੱਕ ਆਡੀਅੰਸ ਆ, ਇੱਥੇ ਸਿੱਧੀ ਸਿੱਧੀ ਆਡੀਅੰਸ ਆ, ਮੈਨੂੰ ਪੁੱਛਿਆ ਮੈਂ ਕੀ ਬਣਿਆ, ਕੀ ਮਸਲਾ ਕੀ ਆ, ਆਂਦਾ ਯਾਰ ਐਂਜੀ ਮੈਂ ਕਿਹਾ ਤੂੰ ਮੇਰੀ ਗੈਸਟ ਤੇ ਆ, ਠੀਕ ਹੈ,
ਮੈਂ ਤੈਨੂੰ ਤੇਰੀ ਆਵਾਮ ਦੇ ਮੇਰੇ ਆਪਣੀ ਆਵਾਮ ਦੇ ਸਾਹਮਣੇ ਗੱਲ ਕਰਨੀ ਹੈ, ਐਵੇਂ ਮੈਂ ਤੈਨੂੰ ਫੋਨ 'ਤੇ ਸਮਝਾਵਾਂ ਤਾਂ ਤੈਨੂੰ ਸਮਝ ਨਹੀਂ ਆਉਣੀ। ਤੈਨੂੰ ਹੌਸਲਾ ਜਿਹੜਾ ਬੰਦਿਆਂ 'ਤੇ ਲੈਣਾ ਜੋ ਤੇਰੀ ਇੱਕ ਬੰਦੇ ਦਾ ਨਹੀਂ ਉਹ ਨਹੀਂ ਹੋਣਾ, ਠੀਕ ਹੈ? ਇਵੇਂ ਹੀ ਮੇਰਾ ਸਿਸਟਮ ਹੈ, ਮੇਰਾ ਉਹ ਗਿਫਟਰ ਮੈਨੂੰ ਇੱਕ ਫੋਨ ਕਰਕੇ ਕੀ ਕਰਾਂ ਕਿ ਯਾਰ ਨਹੀਂ ਐਸੇ ਨਹੀਂ ਐਸੇ, ਉਹ ਗੱਲ ਨਹੀਂ ਆ। ਮੇਰਾ ਕੋਈ ਪਿੰਡ ਦਾ ਬੰਦਾ ਇੱਕ ਬੰਦਾ ਕਹੇਗਾ, ਅਤੇ ਆਵਾਮ ਦੇ ਸਾਹਮਣੇ ਜਿਹੜਾ ਬੰਦੇ ਨੂੰ ਕੌਨਫੀਡੈਂਸ ਹੁੰਦਾ ਨਾ ਚੌਧਰੀ, ਉਹੀ ਕੌਨਫੀਡੈਂਸ ਦਾ ਬੰਦਾ ਅੱਗੇ ਚੱਲਦਾ, ਠੀਕ ਹੈ? ਹੁਣ ਤੈਨੂੰ ਤੂੰ ਲਾਈਵ ਆਲ ਕਰ, ਤੈਨੂੰ ਹਜ਼ਾਰ ਪੱਥਰ ਥੱਲੇ ਜੋੜ ਜੇ ਤਾਂ ਚੌਧਰੀ ਸੱਚੀ ਗੱਲ ਹੈ, ਤੂੰ ਲਾਈਵ ਬੰਦ ਕਰਕੇ ਤੂੰ ਆਗਣਾ ਵਾਪਸ ਲਿਆ ਸੀ ਮੈਨੂੰ ਭੈਣ ਦੀ ਤੇਰੀ, ਆਪਣੀ ਦੁਕਾਨ ਛੱਡ ਕੇ ਪਿੱਛੇ ਰੇਹੜੀ ਨਹੀਂ ਲਾਣੀ, ਠੀਕ ਹੈ? ਇਹ ਹੁਣ ਕਿਦੋਂ ਤੋਂ ਆਉਣਾ ਦੱਸ, ਕਿੰਨੀ ਛੁੱਟੀ ਹੈ? ਚਾਰ ਪੰਜ ਦਿਨ ਛੁੱਟੀ ਦੇ ਦਿਆ ਜਾਂਦੇ ਨੇ। ਹਾਂ ਨਹੀਂ, ਤੂੰ ਫਰੈਸ਼ ਫਰੁਸ਼ ਹੋ ਆਪਣਾ, ਅੱਲਾ ਖੈਰ ਕਰੇ। ਤੇ ਚਾਰ ਪੰਜ ਦਿਨ ਕੁੜੀ ਵੀ ਨਹੀਂ ਤਿਆਰ ਹੋਣੀ ਜਿੰਨਾ ਤੂੰ ਲੈ ਰਿਹਾ ਜਾਂ ਇਹਨਾਂ ਕੋਲ ਬਣਦਾ, ਉਹਨੇ ਬਿਆਨ ਬੜਾ ਵੱਡਾ ਦਿੱਤਾ, ਮਾੜਾ ਲੱਗਦਾ। ਇੱਕ ਦੋ ਦਿਨ ਦਿਓ, ਆਹੋ ਸਮਝ ਗਏ। ਵੇਖੋ ਮੇਰੀ ਇਹ ਤੇ ਖਾਸੀਅਤ ਸੀ ਚੌਧਰੀ, ਜਿਹੜੀ ਜਾਨਵਰ ਨੇ ਮੈਨੂੰ ਜਿਹੜੀ ਆਪਣੇ ਆਪ ਚ ਲੱਗੀ ਹੁਣ ਤੱਕ, ਮੈਂ ਜਿੱਦਾਂ ਵਰਦੀ ਗਏ ਬਈ ਇਹਨਾਂ, ਮੈਂ ਇਹ ਨੀ ਆਖਿਆ ਮੈਂ ਪਲੇਟਫਾਰਮ ਫੋਰ ਐਵਰ ਜੋੜ ਰਹਾ ਹੂੰ, ਠੀਕ ਹੈ? ਜਿਹੜਾ ਕੰਮ ਤੁਸੀਂ ਕਰਨਾ ਨਹੀਂ ਰਹੇ ਚੌਧਰੀ, ਉਹ ਦਫ਼ਾ ਨਹੀਂ ਕਰੇ ਜਜ਼ਬਾਤੀ ਹੋ ਕੇ ਵੀ, ਠੀਕ ਹੈ? ਮੈਂ ਕਿਹਾ ਜਦ ਤੱਕ ਮਸਲਾ ਠੀਕ ਨਹੀਂ ਹੁੰਦਾ ਮੈਂ ਇੱਧਰ ਸੇ ਜਾ ਰਹਾ ਹੂੰ। ਚੌਧਰੀ ਮੇਰੀ ਗੈਸਟ ਤੇ ਲਾਈ ਬੈਨ ਹੁੰਦੀ ਸੀ, ਮੈਂ ਨਿਕਲ ਗਿਆ। ਮੇਰੀ ਗੈਸਟ ਤੇ ਲਾਈ ਬੈਨ ਨਹੀਂ ਹੁੰਦੀ, ਮੇਰੀ ਵਾਈਫ ਤੇ ਬੈਨ ਨਹੀਂ ਹੁੰਦੀ, ਉਸ ਟਾਈਮ ਮੈਂ ਬੈਠੇ ਆ। ਜਦੋਂ ਫਿਰ ਕੋਈ ਬੈਨ ਪੇਸ਼ ਕਰੇਗਾ ਅਗਲਾ ਬਿਆਨ ਫਿਰ ਸਮਝ।
ਚੌਧਰੀ ਆਓ ਜੀ ਆਉਣ ਲੱਗੀ ਆ ਚੈੱਕ ਕਰਨ ਇਹ ਕਿੱਧਰ ਗਈ ਏ ਇਹ ਤੇ ਛੱਤੀ ਵਾਲੀ ਆਈ ਏ ਛੱਤੀ ਵਾਲੇ ਤੋਂ ਆਓ ਜੀ ਸਾਡੇ ਮਾਨੀ ਸ਼ਾਹ ਨੇ ਠੀਕ ਹੈ ਪਿੰਡ ਦਾ ਸੀ ਉਹ ਸ਼ਾਹ ਜੀ ਅੱਲਾਹ ਤਾਲਾ ਜੰਨਤ ਦੇ ਘਰ ਕਰੇ ਨੇ ਆਹੋ ਸੱਜਣਾ ਯਕੀਨ ਮੰਨ ਇਹ ਚੌਧਰੀ ਮੇਰਾ ਇਹ ਮੇਰਾ ਪਿੰਡ ਏ ਬੋਸ ਠੀਕ ਹੈ ਇਹ ਸਮਝ ਮੇਰੀ 10 ਸਾਲ ਦੀ ਕੁੱਲ ਕਮਾਈ ਆ ਚੌਧਰੀ ਇਹਨਾਂ ਨਾਲ ਸਾਰਾ ਨਿਜ਼ਾਮ ਏ ਠੀਕ ਹੈ ਲੜੀ ਦਾ ਵੀ ਇਹਨਾਂ ਨਾਲ ਹੀ ਕੁੜੀ ਦਾ ਵੀ ਇਹਨਾਂ ਨਾਲ ਹੀ ਖੇਡੀ ਮੱਲੀ ਦਾ ਵੀ ਇਹਨਾਂ ਨਾਲ ਹੀ ਮਾੜਾ ਟਾਈਮ ਮੇਰੇ ਤੇ ਵੀ ਆਉਂਦਾ ਔਰ ਮਾੜੇ ਟਾਈਮ ਤੇ ਜਿੰਨੀ ਨਾਲ ਸਪੋਰਟ ਮੈਨੂੰ ਕੀਤੀ ਹੈ ਨਾ ਤੇਰੀ ਸੋਚ ਏ ਇੱਥੇ ਮੈਨੂੰ ਨੀ ਉਮੀਦ ਕਿ ਫੋਟੋ ਦੇ ਉੱਤੇ ਕੋਈ ਇੰਨਾ ਕਿਸੇ ਨੂੰ ਸਪੋਰਟ ਕਰਦਾ ਜਾਂ ਬੰਦੇ ਬਹਿ ਕੇ ਇਹ ਗੱਲ ਸੁਣਦੇ ਨੇ ਹਨਾ ਔਰ ਇਹੀ ਟਾਈਮ ਸੀ ਇਹ ਵੀ ਇਹ ਉਹ ਟਾਈਮ ਨਹੀਂ ਰਿਹਾ ਇਹ ਵੀ ਖਤਮ ਹੋ ਜਾਣਾ ਫੋਟੋ ਵਾਲਾ ਵੀ ਇਨਸ਼ਾਅੱਲਾ ਠੀਕ ਹੈ ਲੈ ਦੇ ਆਪਣੀ ਆਪ ਤੇ ਹਾਂ ਤੇ ਇਨਸ਼ਾਅੱਲਾ ਇਹ ਵੀ ਖਤਮ ਹੋ ਜਾਣਾ ਟਿਕ ਟਾਕ ਦੇ ਉੱਤੇ ਹਰ ਚੀਜ਼ ਖਤਮ ਹੋ ਜਾਏਗੀ ਅਗਰ ਇਹ ਨਿਜ਼ਾਮ ਚੱਲਦਾ ਪਿਆ ਤੇ ਤਸਵੀਰ ਵਾਲਾ ਵੀ ਹਟ ਜਾਏਗਾ ਮੇਰੀ ਇੱਕ ਆਦਤ ਹੈ ਜਿਸ ਪਲੇਟਫਾਰਮ ਦੇ ਉੱਤੋਂ ਮੈਨੂੰ ਨਿਜ਼ਾਮ ਲੱਭਾ ਹੁੰਦਾ ਨਾ ਜਾਂ ਮੈਨੂੰ ਜਿਹੜਾ ਸਿਸਟਮ ਹੈ ਉਸ ਪਲੇਟਫਾਰਮ ਨੂੰ ਪੂਰੀ ਜ਼ਿੰਦਗੀ ਕਦੀ ਵੀ ਖੈਰਬਾਦ ਨਹੀਂ ਆਖਾਂਗਾ ਯਾਦ ਰੱਖੀ ਮੇਰੀ ਗੱਲ ਠੀਕ ਹੈ ਮੈਂ ਕਦੀ ਵੀ ਉਸ ਪਲੇਟਫਾਰਮ ਨੂੰ ਫੋਰਐਵਰ ਨਹੀਂ ਛੱਡ ਕੇ ਜਾਵਾਂਗਾ ਕਦੀ ਸੋਚਣਾ ਵੀ ਨਹੀਂ ਚਾਹੁੰਦੀ ਠੀਕ ਹੈ ਮੈਨੂੰ ਪੂਰੀ ਤਾਜ਼ਾਦੀ ਕਰੀ ਮੇਰੀ ਵਾਇਸ ਬੈਨ ਕਰ ਦੇ ਮੇਰਾ ਮੂੰਹ ਬੈਨ ਕਰ ਦੇ ਹਰ ਚੀਜ਼ ਬੈਨ ਕਰ ਦੇ ਕਦੀ ਵੀ ਨਹੀਂ ਛੱਡਾਂਗਾ ਚੌਧਰੀ ਮੈਂ ਠੀਕ ਹੈ ਕਿਉਂਕਿ ਮੈਨੂੰ ਇਹ ਇੱਥੋਂ ਮੇਰੇ ਲੋਕ ਮਿਲੇ ਨੇ ਨਾ ਤੇਰੇ ਗਿਫਟ ਦਾ ਉਹਨੂੰ ਸਪੋਰਟ ਕਰਨੀ ਹੈ ਸੁਣ ਸਮਝ ਆਈ ਆ ਤੇ ਨਾ ਉਸਤਾਦ ਜੀ ਤੇਰੇ ਵੀ ਪਤਾ ਜਾ ਕੇ ਉਹਨਾਂ ਕੋਲ ਬਹਿਣਾ ਠੀਕ ਹੈ ਇਹ ਆ ਜਾ ਕੇ ਇੱਧਰ ਹੀ ਵੰਡੇ ਵੁੰਡੇ ਜਾਣੇ ਨੇ ਠੀਕ ਨਫ਼ਰਤ ਕਰਦਾ ਨਾ ਕਿਸੇ ਹੋਸਟ ਨੂੰ ਚਾਹੁੰਦਾ ਕਿ ਇੱਥੇ ਜਾਵੇ ਸਾਡਾ ਮੈਸੇਜ ਪੂਰੇ ਟਿਕਟੋਕ ਨੂੰ ਇਹ ਹੈ ਕਿ ਸਾਡੀ ਖੁਸ਼ੀ ਹੁੰਦੀ ਆ ਕਿ ਹਰ ਹੋਸਟ ਇੱਥੇ ਰਵੇ ਹਰ ਹੋਸਟ ਇੱਥੇ ਖੇਲੇ ਔਰ ਅਸੀਂ ਹਰ ਹੋਸਟ ਨੂੰ ਵੈਲਕਮ ਕਰਕੇ ਖੇਲਣ ਨੂੰ ਤਿਆਰ ਹਾਂ ਔਰ ਅਸੀਂ ਮੁਹੱਬਤ ਦੇ ਨਾਲ ਇੱਜ਼ਤ ਦੇ ਨਾਲ ਖੇਲਦੇ ਹਾਂ ਔਰ ਸਾਡੀਆਂ ਖੁਸ਼ੀਆਂ ਵਾ ਕਿ ਸਾਰੇ ਬੰਦੇ ਇੱਥੋਂ ਪੈਸੇ ਕਮਾਉਣ ਸਾਰੇ ਬੰਦੇ ਇੱਥੇ ਆਪਣੀ ਲਾਈਵ ਨੂੰ ਆਪਣੇ ਬਰੋਡ ਨੂੰ ਉੱਚਾ ਚਲਾਉਣ ਔਰ ਸਾਡੀ ਕਦੇ ਵੀ ਦਿਨ ਦੇ ਕੋਈ ਖਾਹਿਸ਼ ਨਹੀਂ ਕਿਸੇ ਦਾ ਰਿਜ਼ਕ ਖਰਾਬ ਹੋਵੇ ਔਰ ਹਰ ਬੰਦੇ ਦੀ ਖੁਆਇਸ਼ ਇਹ ਵੀ ਇਹਨਾਂ ਦਾ ਸਾਰੀ ਨਿਜ਼ਾਮ ਬੰਦ ਹੋਏ ਠੀਕ ਹੈ ਸਾਡੇ ਸਾਡੇ ਨਿਜ਼ਾਮ ਤੇ ਆ ਕੇ ਹਰ ਬੰਦੇ ਦੀ ਬਸ ਚਾਹੇ ਥੋੜਾ ਕਮਾਵੀਏ ਚਾਹੇ ਬਹੁਤਾ ਕਮਾਵੀਏ ਹਾਥੀ ਭਾਈ ਉਹਦੀ ਅੱਗੋਂ ਔਲਾਦ ਹੁੰਦੀ ਹੈ ਫਿਰ ਅੱਗੋਂ ਦੁੱਧ ਪੋਤਰੇ ਹੁੰਦੇ ਨੇ ਜੀ ਉਹ ਅੱਬਾ ਹੀ ਰਹਿੰਦਾ ਉਹ ਅੱਗੋਂ ਦਾਦਾ ਜ਼ਰੂਰ ਬਣ ਜਾਂਦਾ ਪੜਦਾਦਾ ਬਣ ਜਾਂਦਾ ਉਹ ਕਦੀ ਪੁੱਤਰ ਨਹੀਂ ਬਣਿਆ ਸਮਝ ਗਏ ਸਾਡਾ ਰਿਸਕ ਬੰਦ ਕਰਨ ਲੱਗੇ ਨਾ ਚੋਰੀ ਸਾਹਿਬ ਇਹਨਾਂ ਕੋਲ ਨੀ ਬੰਦ ਹੋਣਾ ਉਹ ਮੇਰੇ ਰੱਬ ਦੇਣਾ ਮੈਨੂੰ ਠੀਕ ਹੈ ਫਲਾਵਰ ਮਾਰ ਰਿਹਾ ਸਾਫ ਲਓ ਲਓ ਜੀ ਗੈਮਲਰ ਆਇਆ ਕੋਈ ਹੋਰ ਜੇ ਗੈਮਲਰ ਨਹੀਂ ਚੌਧਰੀ ਇਹ ਮੇਰਾ ਆਸ਼ਕ ਹੈ ਓਕੇ ਓਕੇ ਚੌਧਰੀ ਓਕੇ ਇਹ ਮੇਰਾ ਆਸ਼ਕ ਹੈ ਓਕੇ ਜੀ ਓਕੇ ਇਹ ਮੇਰਾ ਆਸ਼ਕ ਹੈ ਚੌਧਰੀ ਮੇਰਾ